ਪੰਜਾਬ 'ਚ NDPS ਐਕਟ ਸਿਆਸੀ ਬਦਲਾਖੋਰੀ ਦਾ ਸਭ ਤੋਂ ਵੱਡਾ ਹਥਿਆਰ ਬਣਦਾ ਜਾ ਰਿਹਾ। ਹਾਲਾਂਕਿ ਇਹਦੀ ਸ਼ੁਰੂਆਤ ਤਾਂ ਕਾਂਗਰਸ ਨੇ ਕੀਤੀ, ਚਰਨਜੀਤ ਚੰਨੀ ਸਾਹਿਬ ਦੀ ਸਰਕਾਰ ਨੇ, ਸੁੱਖੀ ਰੰਧਾਵਾ ਨੇ, ਜਦੋਂ ਸਰਦਾਰ ਬਿਕਰਮ ਸਿੰਘ ਮਜੀਠੀਆ 'ਤੇ ਇੱਕ ਝੂਠਾ NDPS ਦਾ ਪਰਚਾ ਦਿੱਤਾ। ਹਾਲਾਂਕਿ ਬਾਅਦ ਦੇ ਵਿੱਚ ਹਾਈ ਕੋਰਟ ਤੋਂ ਫਟਕਾਰ ਪਈ, ਜਿੱਥੇ ਕੋਰਟ ਨੇ ਕਿਹਾ ਕਿ ਪਰਚਾ ਬਿਲਕੁਲ ਝੂਠਾ, ਕੋਈ ਸਬੂਤ ਨਹੀਂ। ਮੈਂ ਅੱਜ ਕਾਂਗਰਸ ਨੂੰ ਪੁੱਛਣਾ ਚਾਹੁੰਦਾ ਕਿ ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ, ਸੱਜਣਾ ਵੀ ਮਰ ਜਾਣਾ। ਜਿਹੜੇ ਟੋਏ ਕਾਂਗਰਸ ਦੀ ਸਰਕਾਰ ਨੇ ਪੁੱਟੇ, ਅੱਜ ਡਿੱਗਿਆ ਕੌਣ? ਕਾਂਗਰਸ ਦਾ MLA। ਜਿਸ ਤਰੀਕੇ ਦੇ ਨਾਲ ਸਰਦਾਰ ਸੁਖਪਾਲ ਸਿੰਘ ਖਹਿਰਾ, ਜਿਹੜੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੂੰ ਸਵੇਰੇ ਸਰਕਾਰ ਨੇ ਉਹਨਾਂ ਦੇ ਘਰੋਂ ਉਹਨਾਂ ਦੇ ਬੈੱਡਰੂਮ 'ਚੋਂ ਅਰੈਸਟ ਕੀਤਾ, ਉਹਦੀ ਘੋਰ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹਨ। ਕਿਉਂਕਿ ਜਿਹੜੀ ਇਹ ਸਿਆਸੀ ਬਦਲਾਖੋਰੀ ਹੈ, ਜਿਹੜਾ ਇਨਸਾਨ ਸਰਕਾਰ ਦੀਆਂ ਨੀਤੀਆਂ ਨੂੰ ਨਿੰਦਦਾ, ਉਹਦੇ ਖਿਲਾਫ ਐਸੇ ਜਿਹੜੇ ਮੁਕੱਦਮੇ ਨੇ, ਇਹ ਸ਼੍ਰੋਮਣੀ ਅਕਾਲੀ ਦਲ ਨੇ ਸਦਾ ਹੀ ਵਿਰੋਧ ਕੀਤਾ ਔਰ ਬਿਕਰਮ ਮਜੀਠੀਆ ਸਾਹਿਬ ਨੇ ਭੁਗਤਿਆ, ਹੁਣ ਸੁਖਪਾਲ ਖਹਿਰਾ ਭੁਗਤ ਰਹੇ ਨੇ। ਕਿ ਇਹ ਪੰਜਾਬ ਹੈ? ਪੰਜਾਬ ਦੇ ਵਿੱਚ ਨਾ ਅਸੀਂ ਕੋਈ ਮੁੱਦੇ ਡਿਸਕਸ ਕਰ ਰਹੇ ਹਾਂ, ਨਾ ਲੋਕਾਂ ਨਾਲ ਕੀਤੇ ਵਾਅਦਿਆਂ ਦੀ ਗੱਲ ਕਰਦੇ ਹਾਂ, ਨਾ ਡਿਵੈਲਪਮੈਂਟ ਦੀ ਗੱਲ ਹੋ ਰਹੀ ਹੈ। ਬਸ ਜਿਹੜਾ ਸਰਕਾਰ ਦੇ ਖਿਲਾਫ ਬੋਲੂ, ਸਰਕਾਰ ਦੀ ਮਾੜੀ ਨੀਤੀਆਂ ਦੀ ਨਿੰਦਿਆ ਕਰੂ, ਉਹਦਾ ਆਵਾਜ਼, ਉਹਦਾ ਮੂੰਹ ਇਸ ਤਰੀਕੇ ਝੂਠੇ ਮੁਕੱਦਮਿਆਂ ਨਾਲ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਕ ਵਕੀਲ ਮੁਕਤਸਰ ਦੇ ਵਿੱਚ, ਉਹਨਾਂ ਦੇ ਨਾਲ ਕੀ ਹੋਇਆ? 3rd degree ਟੋਰਚਰ। ਜਲੰਧਰ ਦੇ ਵਿੱਚ ਦੋ ਭਰਾ ਜਿਨ੍ਹਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ, ਇਸੇ ਜਿਹੜੀ ਮਾੜੇ ਕਾਰਨਾਮੇ ਨੇ ਸਰਕਾਰ ਦੇ ਉਹਨਾਂ ਕਰਕੇ। ਆਏ ਦਿਨ ਉਰੇ ਕਦੇ ਗੈਂਗਸਟਰ ਲੋਕਾਂ ਨੂੰ ਫੋਨ ਕਰ ਰਹੇ ਨੇ, ਕਦੇ ਕਤਲ ਹੋ ਰਹੇ ਨੇ ਖਿਡਾਰੀਆਂ ਦੇ, ਵਪਾਰੀਆਂ ਦੇ, ਸਿੰਗਰਾਂ ਦੇ। ਸੋ ਇਹ ਪੰਜਾਬ ਦੇ ਵਿੱਚ ਜੋ ਕੁਛ ਚੱਲ ਰਿਹਾ, ਇਹ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਲਈ, ਪੰਜਾਬ ਦੇ ਭਵਿੱਖ ਦੇ ਲਈ ਅਤੇ ਪੰਜਾਬ ਦੇ ਬਸ਼ਿੰਦਿਆਂ ਲਈ ਕੋਈ ਚੰਗੀ ਗੱਲ ਹੈ। ਸੋ ਸਰਕਾਰਾਂ ਨੂੰ ਸੁਹਿਰਦ ਹੋਣਾ ਚਾਹੀਦਾ, ਐਸੀ ਸਿਆਸੀ ਬਦਲਾਖੋਰੀ ਨੂੰ ਤੁਰੰਤ ਤੌਰ 'ਤੇ ਬੰਦ ਕਰਨਾ ਚਾਹੀਦਾ ਔਰ ਇਹਦੇ ਖਿਲਾਫ ਪੰਜਾਬੀਆਂ ਨੂੰ ਇਕੱਠੇ ਹੋ ਕੇ ਜ਼ਰੂਰ ਇਹ ਲੜਾਈ ਲੜਨੀ ਚਾਹੀਦੀ। ਪੰਜਾਬ 'ਚ NDPS ਐਕਟ ਸਿਆਸੀ ਬਦਲਾਖੋਰੀ ਦਾ ਸਭ ਤੋਂ ਵੱਡਾ ਹਥਿਆਰ ਬਣਦਾ ਜਾ ਰਿਹਾ। ਹਾਲਾਂਕਿ ਇਹਦੀ ਸ਼ੁਰੂਆਤ ਤਾਂ ਕਾਂਗਰਸ ਨੇ ਕੀਤੀ, ਚਰਨਜੀਤ ਚੰਨੀ ਸਾਹਿਬ ਦੀ ਸਰਕਾਰ ਨੇ, ਸੁੱਖੀ ਰੰਧਾਵਾ ਨੇ, ਜਦੋਂ ਸਰਦਾਰ ਬਿਕਰਮ ਸਿੰਘ ਮਜੀਠੀਆ 'ਤੇ ਇੱਕ ਝੂਠਾ NDPS ਦਾ ਪਰਚਾ ਦਿੱਤਾ। ਹਾਲਾਂਕਿ ਬਾਅਦ ਦੇ ਵਿੱਚ ਹਾਈ ਕੋਰਟ ਤੋਂ ਫਟਕਾਰ ਪਈ, ਜਿੱਥੇ ਕੋਰਟ ਨੇ ਕਿਹਾ ਕਿ ਪਰਚਾ ਬਿਲਕੁਲ ਝੂਠਾ, ਕੋਈ ਸਬੂਤ ਨਹੀਂ। ਮੈਂ ਅੱਜ ਕਾਂਗਰਸ ਨੂੰ ਪੁੱਛਣਾ ਚਾਹੁੰਦਾ ਕਿ ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ, ਸੱਜਣਾ ਵੀ ਮਰ ਜਾਣਾ। ਜਿਹੜੇ ਟੋਏ ਕਾਂਗਰਸ ਦੀ ਸਰਕਾਰ ਨੇ ਪੁੱਟੇ, ਅੱਜ ਡਿੱਗਿਆ ਕੌਣ? ਕਾਂਗਰਸ ਦਾ MLA। ਜਿਸ ਤਰੀਕੇ ਦੇ ਨਾਲ ਸਰਦਾਰ ਸੁਖਪਾਲ ਸਿੰਘ ਖਹਿਰਾ, ਜਿਹੜੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੂੰ ਸਵੇਰੇ ਸਰਕਾਰ ਨੇ ਉਹਨਾਂ ਦੇ ਘਰੋਂ ਉਹਨਾਂ ਦੇ ਬੈੱਡਰੂਮ 'ਚੋਂ ਅਰੈਸਟ ਕੀਤਾ, ਉਹਦੀ ਘੋਰ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹਨ। ਕਿਉਂਕਿ ਜਿਹੜੀ ਇਹ ਸਿਆਸੀ ਬਦਲਾਖੋਰੀ ਹੈ, ਜਿਹੜਾ ਇਨਸਾਨ ਸਰਕਾਰ ਦੀਆਂ ਨੀਤੀਆਂ ਨੂੰ ਨਿੰਦਦਾ, ਉਹਦੇ ਖਿਲਾਫ ਐਸੇ ਜਿਹੜੇ ਮੁਕੱਦਮੇ ਨੇ, ਇਹ ਸ਼੍ਰੋਮਣੀ ਅਕਾਲੀ ਦਲ ਨੇ ਸਦਾ ਹੀ ਵਿਰੋਧ ਕੀਤਾ ਔਰ ਬਿਕਰਮ ਮਜੀਠੀਆ ਸਾਹਿਬ ਨੇ ਭੁਗਤਿਆ, ਹੁਣ ਸੁਖਪਾਲ ਖਹਿਰਾ ਭੁਗਤ ਰਹੇ ਨੇ। ਕਿ ਇਹ ਪੰਜਾਬ ਹੈ? ਪੰਜਾਬ ਦੇ ਵਿੱਚ ਨਾ ਅਸੀਂ ਕੋਈ ਮੁੱਦੇ ਡਿਸਕਸ ਕਰ ਰਹੇ ਹਾਂ, ਨਾ ਲੋਕਾਂ ਨਾਲ ਕੀਤੇ ਵਾਅਦਿਆਂ ਦੀ ਗੱਲ ਕਰਦੇ ਹਾਂ, ਨਾ ਡਿਵੈਲਪਮੈਂਟ ਦੀ ਗੱਲ ਹੋ ਰਹੀ ਹੈ। ਬਸ ਜਿਹੜਾ ਸਰਕਾਰ ਦੇ ਖਿਲਾਫ ਬੋਲੂ, ਸਰਕਾਰ ਦੀ ਮਾੜੀ ਨੀਤੀਆਂ ਦੀ ਨਿੰਦਿਆ ਕਰੂ, ਉਹਦਾ ਆਵਾਜ਼, ਉਹਦਾ ਮੂੰਹ ਇਸ ਤਰੀਕੇ ਝੂਠੇ ਮੁਕੱਦਮਿਆਂ ਨਾਲ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਕ ਵਕੀਲ ਮੁਕਤਸਰ ਦੇ ਵਿੱਚ, ਉਹਨਾਂ ਦੇ ਨਾਲ ਕੀ ਹੋਇਆ? 3rd degree ਟੋਰਚਰ। ਜਲੰਧਰ ਦੇ ਵਿੱਚ ਦੋ ਭਰਾ ਜਿਨ੍ਹਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ, ਇਸੇ ਜਿਹੜੀ ਮਾੜੇ ਕਾਰਨਾਮੇ ਨੇ ਸਰਕਾਰ ਦੇ ਉਹਨਾਂ ਕਰਕੇ। ਆਏ ਦਿਨ ਉਰੇ ਕਦੇ ਗੈਂਗਸਟਰ ਲੋਕਾਂ ਨੂੰ ਫੋਨ ਕਰ ਰਹੇ ਨੇ, ਕਦੇ ਕਤਲ ਹੋ ਰਹੇ ਨੇ ਖਿਡਾਰੀਆਂ ਦੇ, ਵਪਾਰੀਆਂ ਦੇ, ਸਿੰਗਰਾਂ ਦੇ। ਸੋ ਇਹ ਪੰਜਾਬ ਦੇ ਵਿੱਚ ਜੋ ਕੁਛ ਚੱਲ ਰਿਹਾ, ਇਹ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਲਈ, ਪੰਜਾਬ ਦੇ ਭਵਿੱਖ ਦੇ ਲਈ ਅਤੇ ਪੰਜਾਬ ਦੇ ਬਸ਼ਿੰਦਿਆਂ ਲਈ ਕੋਈ ਚੰਗੀ ਗੱਲ ਹੈ। ਸੋ ਸਰਕਾਰਾਂ ਨੂੰ ਸੁਹਿਰਦ ਹੋਣਾ ਚਾਹੀਦਾ, ਐਸੀ ਸਿਆਸੀ ਬਦਲਾਖੋਰੀ ਨੂੰ ਤੁਰੰਤ ਤੌਰ 'ਤੇ ਬੰਦ ਕਰਨਾ ਚਾਹੀਦਾ ਔਰ ਇਹਦੇ ਖਿਲਾਫ ਪੰਜਾਬੀਆਂ ਨੂੰ ਇਕੱਠੇ ਹੋ ਕੇ ਜ਼ਰੂਰ ਇਹ ਲੜਾਈ ਲੜਨੀ ਚਾਹੀਦੀ।